ਹੁਣ ਮੈਂ ਤੁਹਾਨੂੰ ਜਿਹੜੇ ਇੱਕ ਡਾਕੂਮੈਂਟ ਦਿਖਾਉਣ ਲੱਗਿਆ ਦਿਸ ਇਜ਼ ਦੁਨੀਆ ਦਾ ਸਭ ਤੋਂ ਕਮਾਲ ਡਾਕੂਮੈਂਟ ਹੈ ਇਟ ਕੈਨ ਚੇਂਜ ਦੀ ਕੰਪਲੈਕਸ਼ਨ ਆਫ ਰਿਟਾਇਰ ਹਿਸਟਰੀ ਸਾਡੇ ਹਿਸਟੋਰੀਅਨਸ ਨੇ ਜ਼ਿਆਦਤੀ ਕੀਤੀ ਹੈ ਮਹਾਰਾਜਾ ਦੇ ਖਿਲਾਫ ਲਿਖਿਆ ਮੁਸਲਮਾਨਾਂ ਦੇ ਦਿਲ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਇਹ ਹੋਰ ਸਿੱਖ ਰਾਜਾ ਜਿਹੜੇ ਤੁਹਾਡੀ ਮਸਜਿਦਾਂ ਦੇ ਵਿੱਚ ਘੋੜੇ ਬਣਨਾ ਸੀ ਜਦਕਿ ਮੈਂ ਜਨਾਬ ਨੂੰ ਦੱਸਾਂ ਮੇਰੇ ਕੋਲ ਰਿਕਾਰਡ ਮੌਜੂਦ ਹੈ ਇਹ ਸਾਰਾ ਮਹਾਰਾਜ ਦਾ ਰਿਕਾਰਡ ਥੱਲੇ ਪਿਆ ਰਿਕਾਰਡ ਮੌਜੂਦ ਹੈ ਜਿਹਦੇ ਵਿੱਚ ਮਹਾਰਾਜਾ ਨੇ ਪਹਿਲੀ ਵਾਰੀ ਡੰਡੇ ਦੇ ਜ਼ੋਰ ਤੇ ਮੁਸਲਮਾਨਾਂ ਨੂੰ ਬਾਸ਼ਿ ਮਸਜਿਦ ਦੀ ਨਮਾਜ਼ ਪੜਾਈ ਸੀ ਈਦ ਦੀ ਵੱਡੀ ਈਦ ਦੀ ਕੁਰਬਾਨੀ ਦੀ ਡੰਡੇ ਦੇ ਜ਼ੋਰ ਤੇ ਮੁਸਲਮਾਨਾਂ ਨੇ ਮਸਜਿਦ ਬੈਂਡਿਟ ਕੀਤੀ ਸੀ ਹੁਣ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਇਹ ਲਿਸਟ ਹੈ ਜੀ ਫਹਿਰਿਸਤ ਮਜ਼ਾਰਾਤ ਮਸਾਜਿਦ ਮਜ਼ਾਰ ਸਮਝਦੇ ਟੂਮਸ ਮਸਾਜਿਦ ਮਸਜਿਦਾਂ ਤਕੀਏ ਪਵਿੱਤਰ ਅਸਥਾਨਾਂ ਜਿਹਨੂੰ ਕਹਿੰਦੇ ਨੇ ਜੱਥਾ ਤਕਸੀਮ ਰੁਪਿਆ ਗ੍ਰਾਂਟ ਇਨ ਏਡ ਫੀ ਸਬੀਲਿਲਲਾਹ ਅੱਲਾਹ ਦੇ ਰਸਤੇ ਮਹਾਰਾਜ ਦੇ ਰਿਹਾ ਕਿਨੂੰ ਕਿਬਲਾ ਹਜ਼ਰਤ ਮਹਾਰਾਜਾ ਸਾਹਿਬ ਦੇ ਦੌਰ ਦੇ ਵਿੱਚ ਇਹ ਉਹਦੀ ਲਿਸਟ ਹੈ ਹੁਣ ਗਵਰਨਮੈਂਟ ਜਿਹਨੂੰ ਗ੍ਰਾਂਟ ਦਿੰਦੀ ਹੈ ਉਹਨੂੰ ਤਬਾਹ ਨਹੀਂ ਕਰਦੀ ਠੀਕ ਹੈ ਕਿ ਨਹੀਂ ਜੇ ਮੈਂ ਸਹੀ ਕਹਿ ਰਿਹਾ ਗਲਤ ਕਹਿ ਰਿਹਾ ਇਹ ਸਿਰਫ ਲਾਹੌਰ ਦੀ ਲਿਸਟ ਹੈ ਐਸ ਆ ਗੌਰ ਕਰੋਗੇ ਬੇਟਾ ਇਸਕੋ ਪਕੜੋਗੇ ਇੱਕ ਹੱਥ ਨੀਚੇ ਰੱਖੋਗੇ ਇੱਕ ਹੱਥ ਇਸਕੇ ਨੀਚੇ ਰੱਖੋਗੇ ਇਹ ਇੱਥੇ ਆਈ ਅਮਰਦੀਪ ਸਿੰਘ ਦੀ ਤਸਵੀਰ ਲੈ ਇਹ ਦੇਖੋ ਜੀ ਇਹ ਹੈ ਜੀ ਇੱਥੋਂ ਮਸਜਿਦਾਂ ਦੀ ਲਿਸਟ ਸ਼ੁਰੂ ਹੈ ਮਸਜਿਦ ਬਾਦਸ਼ਾਹੀ ਜਿਹਨੂੰ ਕਹਿੰਦੇ ਨੇ ਸਤਬਲ ਬਣਾਇਆ ਉਹਨੂੰ ਗ੍ਰਾਂਟ ਜਾਰੀ ਹੈ ਕਿੰਨੀ ਗ੍ਰਾਂਟ ਜਾਰੀ ਹੈ ਲਿਖਿਆ 45 ਰੁਪਏ ਮਾਵਾਰ ਡੇਲੀ 45 ਰੁਪੀਸ ਜਾ ਰਹੀ ਹੈ 45 ਰੁਪਏ ਤੋਂ ਬਰਾਤ ਪਤਾ ਕੀ ਹੈ 7 ਰੁਪਏ ਤੋਲਾ ਸੋਨਾ ਇਹ ਸਾਰੀ ਸਾਰੀ ਮਸਜਿਦਾਂ ਦੀ ਹੈ ਕੌਣ ਮਸਜਿਦ ਵਜ਼ੀਰ ਖਾਨ ਦੇ ਉੱਤੇ ਵੀ ਇਹ ਸਾਰੀ ਗ੍ਰਾਂਟਾਂ ਇੱਕ ਇੱਕ ਮਸਜਿਦ ਦੀ ਗ੍ਰਾਂਟ ਹੈ ਅੱਛਾ ਇਹ ਸਾਰੀ ਲਿਸਟ ਹੈ ਜਿਹੜੀਆਂ ਜਗ੍ਹਾ ਦੇ ਉੱਤੇ ਉਹਨਾਂ ਨੇ ਮੁਸਲਮਾਨਾਂ ਦੀ ਜਗ੍ਹਾ ਜਿਹਨਾਂ ਨੂੰ ਗ੍ਰਾਂਟ ਗਵਰਨਮੈਂਟ ਦੇ ਦਿੱਤੀ